जिहड़े नवें हुक्म ने उन्हां दे विच डीजे ओपरेटरां ते डंडा चलिया है सरकार दा। ਇਹਨੂੰ ਲਗਾਮ ਉੱਥੇ ਹੀ ਲਾਈ ਜਾਏ ਜਿੱਥੋਂ ਬੰਦੇ ਨੇ ਜਿਹੜੇ ਰਾਈਟਰ ਆ ਜਿਹੜੇ ਬੋਲਣ ਵਾਲੇ ਆ ਉੱਥੋਂ ਨਿਕਲਣ ਹੀ ਨਾ ਇਹ ਗਾਣੇ ਤੇ ਉੱਥੇ ਵੱਜਣ ਹੀ ਨਾ ਇਹ ਗਾਣੇ ਜੇ ਅਸੀਂ ਨਹੀਂ ਲਾਵਾਂਗੇ ਤੇ ਉੱਥੇ ਰੋਲਾ ਪਏਗਾ ਜੀ ਜਾਂ ਤੇ ਸਾਨੂੰ ਪੂਰੀ ਸਿਕਿਉਰਿਟੀ ਦੇਣ ਸਾਡੀ ਬੇਨਤੀ ਸਰਕਾਰ ਨੂੰ ਹੈ ਕਿ ਇਹ ਗਾਣੇ ਮਾਰਕੀਟ 'ਚ ਆਉਂਦੇ ਹੀ ਕਿਉਂ ਆ ਆਪਰੇਟਰ ਦਾ ਕੀ ਕਸੂਰ ਆ ਜਦੋਂ ਕੋਈ ਆਪਣਾ ਮੋਬਾਈਲ ਤੇ ਗਾਣਾ ਪਲੇ ਕਰਕੇ ਉਹਨੂੰ ਕਹਿ ਰਿਹਾ ਆ ਵੀ ਇਹ ਗਾਣਾ ਪਲੇ ਕਰ ਜੇ ਉਹ ਨਾ ਕਰੇਗਾ ਤਾਂ ਵੀ ਉਹ ਫਸਿਆ ਤੇ ਜੇ ਕਰਦਾ ਤਾਂ ਵੀ ਫਸਿਆ। ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਫੈਸਲਾ ਲਿਆ ਗਿਆ ਹੈ ਔਰ ਉਸ ਫੈਸਲੇ ਨੂੰ ਇਨ ਬਿਨ ਲਾਗੂ ਕਰਨ ਲਈ ਪੁਲਿਸ ਜ਼ਿਲ੍ਹਾ ਮੁਖੀਆਂ ਨੂੰ ਲੈਟਰ ਵੀ ਆ ਗਿਆ ਔਰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ। ਜਿਹੜੇ ਨਵੇਂ ਹੁਕਮ ਨੇ ਉਹਨਾਂ ਦੇ ਵਿੱਚ ਡੀਜੇ ਆਪਰੇਟਰਾਂ ਤੇ ਡੰਡਾ ਚੱਲਿਆ ਹੈ ਸਰਕਾਰ ਦਾ। ਸਰਕਾਰ ਦੀ ਮੰਨੀ ਜਾਵੇ ਤਾਂ ਸਰਕਾਰ ਦਾ ਕਹਿਣਾ ਹੈ ਕਿ ਕੋਈ ਵੀ ਡੀਜੇ ਆਪਰੇਟਰ ਨਸ਼ੇ ਹਥਿਆਰ ਔਰ ਲੱਚਰਤਾ ਨੂੰ ਪ੍ਰਮੋਟ ਕਰਨ ਵਾਲਾ ਗਾਣਾ ਨਹੀਂ ਚਲਾਏਗਾ। ਅਗਰ ਕਿਸੇ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ 'ਤੇ ਮਾਮਲਾ ਵੀ ਦਰਜ ਕੀਤਾ ਜਾਏਗਾ। ਇਸੇ 'ਤੇ ਗੱਲਬਾਤ ਕਰਾਂਗੇ। ਡੀ ਜੇ ਓਪਰੇਟਰ ਅਜੇ ਉਹ ਸਾਡੇ ਨਾਲ ਮੌਜੂਦ ਆ ਕਿ ਕੀ ਉਹ ਸਰਕਾਰ ਦੇ ਫੈਸਲੇ ਨੂੰ ਦੇਖਦੇ ਕਿੱਦਾਂ ਦੇਖਦੇ ਅਜੇ ਕਿੱਦਾਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ ਕਿ ਤਿੰਨ ਚੀਜ਼ਾਂ ਨੂੰ ਹੁਣ ਪ੍ਰਮੋਟ ਨਹੀਂ ਕੀਤਾ ਜਾਏਗਾ, ਅਜਿਹਾ ਗਾਣਾ ਕੋਈ ਨਹੀਂ ਵੱਜੇਗਾ ਜਿਹਦੇ ਨਾਲ ਜਿਹਦੇ 'ਚ ਨਸ਼ਾ ਹੋਵੇ, ਹਥਿਆਰ ਹੋਵੇ ਜਾਂ ਲੱਚਰਤਾ ਹੋਵੇ। ਬਿਲਕੁਲ ਜੀ, ਅਸੀਂ ਸਰਕਾਰ ਦਾ ਜਿਹੜਾ ਫੈਸਲਾ ਆਇਆ ਸਰਕਾਰ ਦੇ ਬਿਲਕੁਲ ਨਾਲ ਅਸੀਂ ਅੱਗੇ ਹੀ ਚਾਹੁੰਦੇ ਹਾਂ ਕਿ ਇਹ ਕੰਮ ਜਿਹੜਾ ਹਥਿਆਰਾਂ ਵਾਲਾ ਕੋਈ ਗਾਣੇ ਇੱਦਾਂ ਦੇ ਜਿਹੜੇ ਹਥਿਆਰਾਂ ਵਾਲੇ ਨਾ ਚੱਲਣ। ਅਸੀਂ ਪੂਰਾ ਸਾਥ ਦੇਵਾਂਗੇ ਜੀ ਸਰਕਾਰ ਦਾ, ਪਰ ਉਹਦੇ 'ਚ ਨਿਤਿਨ ਜੀ ਇੱਕ ਪ੍ਰੋਬਲਮ ਆ ਰਹੀ ਹੈ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜਾ ਟਾਈਮ ਚੱਲ ਰਿਹਾ, ਅਸੀਂ ਆਪਣੀਆਂ ਸੀਡੀਜ਼ ਪੈਨ ਡਰਾਈਵ ਸਾਰੀਆਂ ਮੁੰਡਿਆਂ ਨੂੰ ਕਹਿਤਾ ਆ ਵੀ ਇਹਨੂੰ ਨਾਲ ਆਪਾਂ ਜਿਹੜਾ ਜਿਹੇ ਗਾਣੇ ਆ ਹਥਿਆਰਾਂ ਵਾਲੇ ਉਹ ਨਹੀਂ ਖੜਦੀਆਂ। ਹੁਣ ਲੜਕੇ ਸਾਨੂੰ ਆ ਕੇ ਕਹਿ ਰਹੇ ਆ ਕਿ ਹਰ ਬੰਦੇ ਕੋਲ ਆਪਣਾ ਫੋਨ ਆ, ਉਹਦੇ 'ਤੇ ਇੰਟਰਨੈਟ ਚੱਲਦਾ ਆ, ਉਹ ਸਾਨੂੰ ਕਹਿ ਦਿੰਦੇ ਵੀ ਇਹ ਸਾਡਾ ਗਾਣਾ ਪਲੇ ਕਰੋ, ਅਸੀਂ ਇਹ ਗਾਣਾ ਲਵਾਉਣਾ ਆ। ਉਹਦੇ 'ਚ ਉਹ ਮੁੰਡਾ ਜੇ ਨਾ ਲਾਏਗਾ ਉੱਥੇ ਮਾਹੌਲ ਪਾਰਟੀ 'ਚ ਖਰਾਬ ਹੋਏਗਾ ਜੀ। ਅਸੀਂ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਇਹਦੇ 'ਚ ਸਾਨੂੰ ਸਿਕਿਉਰਿਟੀ ਦਿੱਤੀ ਜਾਏ ਕਿ ਅਸੀਂ ਗਾਣਾ ਜੇ ਮਨ੍ਹਾ ਕਰਦੇ ਹਾਂ ਲਾਉਣ ਤੋਂ ਤਾਂ ਸਾਨੂੰ ਕੋਈ ਉੱਥੇ ਰੌਲਾ ਵਾਲਾ ਕੰਮ ਨਾ ਹੋਏ। ਜੇ ਗੱਲ ਕੀਤੀ ਜਾਵੇ ਇਹ ਤਿੰਨੇ ਮੁੱਦਿਆਂ ਦੀ ਕਿ ਜਿਹੜਾ ਨਵੇਂ ਅਮੈਂਡਮੈਂਟ ਆਈ ਆ, ਜੇ ਅਗਰ ਇਹ ਗਾਣੇ ਨਾ ਵੱਜਣ ਤਾਂ ਕੀ ਪਾਰਟੀ 'ਚ ਪਾਰਟੀ ਸਫਲ ਨਹੀਂ ਹੋਏਗੀ? ਕਿਹੜੇ ਗਾਣਿਆਂ 'ਤੇ ਲੋਕ ਜ਼ਿਆਦਾ ਡਿਮਾਂਡ ਕਰਦੇ ਨੱਚਣ ਦੀ? ਦੇਖੋ ਜੀ, ਗਾਣੇ ਤਾਂ ਬਹੁਤ ਨੇ, ਗਾਣੇ ਜ਼ਰੂਰੀ ਨਹੀਂ ਕਿ ਹਥਿਆਰਾਂ ਵਾਲੇ ਗਾਣੇ ਨਾ ਚੱਲਣਗੇ ਤਾਂ ਪਾਰਟੀ ਸਫਲ ਨਹੀਂ ਹੁੰਦੀ। ਗਾਣੇ ਤਾਂ ਹਥਿਆਰਾਂ ਵਾਲੇ ਗਾਣੇ ਤਾਂ ਆ ਹੁਣ ਹੋਏ ਨੇ ਸਟਾਰਟ, ਪਹਿਲਾਂ ਗਾਣੇ ਜਿਹੜੇ ਬੜੇ ਵਧੀਆ ਚੱਲਦੇ ਰਹੇ ਆ ਜੀ। ਸਾਡੀ ਬੇਨਤੀ ਸਰਕਾਰ ਨੂੰ ਹੈ ਕਿ ਇਹ ਗਾਣੇ ਮਾਰਕੀਟ 'ਚ ਆਉਂਦੇ ਹੀ ਕਿਉਂ ਆ, ਇਹਨੂੰ ਲਗਾਮ ਉੱਥੇ ਲਾਈ ਜਾਏ ਜਿੱਥੋਂ ਬੰਦੇ ਨੇ ਜਿਹੜੇ ਰਾਈਟਰ ਆ ਜਿਹੜੇ ਬੋਲਣ ਵਾਲੇ ਆ, ਉੱਥੋਂ ਨਿਕਲਣ ਹੀ ਨਾ ਇਹ ਗਾਣੇ ਤੇ ਉੱਥੇ ਵੱਜਣ ਹੀ ਨਾ ਇਹ ਗਾਣੇ। ਜੇ ਅਸੀਂ ਨਹੀਂ ਲਾਵਾਂਗੇ ਤੇ ਉੱਥੇ ਰੋਲਾ ਪਏਗਾ ਜੀ, ਜਾਂ ਤੇ ਸਾਨੂੰ ਪੂਰੀ ਸਿਕਿਉਰਿਟੀ ਦੇਣ ਕਿ ਉੱਥੇ ਕੋਈ ਲੜਾਈ ਝਗੜਾ ਨਹੀਂ ਹੋਏਗਾ, ਸਾਡਾ ਓਪਰੇਟਰ ਨਹੀਂ ਲਾਏਗਾ ਤੇ ਅਸੀਂ ਇਹ ਉਹਨਾਂ ਦਾ ਹੁਕਮ ਜਿਹੜਾ ਸਿਰ ਮੱਥੇ ਆ ਜੀ। ਜੇ ਮੰਨ ਲਓ ਕੋਈ ਉੱਥੇ ਅਜਿਹੀ ਗੱਲ ਹੋ ਜਾਂਦੀ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਹੋ ਕਿ ਓਪਰੇਟਰ ਨੂੰ ਲਾਉਣਾ ਹੀ ਪੈਂਦਾ ਗਾਣਾ, ਅਤੇ ਅਗਰ ਪੁਲਿਸ ਕਾਰਵਾਈ ਕਰਦੀ ਆ ਉਹਦੇ ਲਈ ਫਿਰ ਕੀ ਹੱਲ ਵਾ? ਦੇਖੋ, ਉਹੀ ਅਸੀਂ ਇਹਨਾਂ ਨਾਲ ਮੀਟਿੰਗ ਰੱਖਾਂਗੇ ਜੀ, ਉਹਦੇ 'ਤੇ ਕਾਰਵਾਈ ਓਪਰੇਟਰ 'ਤੇ ਨਹੀਂ ਹੋਏਗੀ, ਫਿਰ ਜਿਹੜਾ ਲਵਾਉਣ ਵਾਲਾ ਉਹਦੇ 'ਤੇ ਹੋਣੀ ਚਾਹੀਦੀ ਆ। ਉਹਦੇ 'ਚ ਓਪਰੇਟਰ ਦਾ ਕੀ ਕਸੂਰ ਆ ਜਦੋਂ ਕੋਈ ਆਪਣਾ ਮੋਬਾਈਲ ਅਤੇ ਗਾਣਾ ਪਲੇ ਕਰਕੇ ਉਹਨੂੰ ਕਹਿ ਰਿਹਾ ਆ ਵੀ ਇਹ ਗਾਣਾ ਪਲੇ ਕਰ, ਜੇ ਉਹ ਨਾ ਕਰੇਗਾ ਤਾਂ ਵੀ ਉਹ ਫਸਿਆ ਅਤੇ ਜੇ ਕਰਦਾ ਤਾਂ ਵੀ ਫਸਿਆ। ਫਿਰ ਇਸੇ ਕਰਕੇ ਅਸੀਂ SSP ਸਾਹਿਬ ਨੂੰ ਟਾਈਮ ਮੰਗਿਆ ਆ, ਉਹ ਸਾਨੂੰ ਟਾਈਮ ਦੇਣਗੇ, ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਜੀ। ਡੀ ਜੇ ਓਪਰੇਟਰ ਜਿਨ੍ਹਾਂ ਦੀ ਗੱਲ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਗਰ ਅਜਿਹੇ ਗਾਣੇ ਬੰਦ ਕਰਨੇ ਆ ਤਾਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੋਂ ਡਿਲੀਟ ਕਰਵਾਏ ਜਾਣ, ਤਾਂ ਕਿ ਅਗਰ ਇਹ ਆਪਣੇ ਡੀ ਜੇ 'ਤੇ ਪਲੇ ਨਹੀਂ ਕਰਦੇ ਤਾਂ ਅਗਰ ਕੋਈ ਡਿਮਾਂਡ ਕਰਦਾ ਆਪਣੇ ਫੋਨ ਤੋਂ ਕਿ ਉਹ ਪਲੇ ਕਰ ਦਿੰਦਾ ਤਾਂ ਉਹ ਵੀ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਕੋਈ ਝਗੜਾ ਨਾ ਹੋਵੇ, ਉਹ ਵੀ ਠੀਕ ਹੋ ਜਾਏਗਾ। ਅਗਰ ਨਹੀਂ ਤਾਂ ਇਹ ਗਾਣੇ ਬੰਨੇ ਹੀ ਬੰਦ ਕਰਾਉਣੇ ਚਾਹੀਦੇ ਆ, ਤਾਂ ਕਿ ਬਣਨਗੇ ਨਹੀਂ ਅਤੇ ਵਿਕਣਗੇ ਵੀ ਨਹੀਂ, ਵਿਕਣਗੇ ਨਹੀਂ ਅਤੇ ਚੱਲਣਗੇ ਵੀ ਨਹੀਂ। ਦੂਸਰੇ ਪਾਸੇ SSP ਬਟਾਲਾ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇ ਕਿਸੇ ਡੀ ਜੇ ਓਪਰੇਟਰ ਦੀ ਸ਼ਿਕਾਇਤ ਆਈ ਤਾਂ ਉਹਨਾਂ ਦੇ ਬੰਦ ਦੀ ਕਾਰਵਾਈ ਦੇ ਨਾਲ ਨਾਲ ਮਾਮਲਾ ਵੀ ਦਰਜ ਕੀਤਾ ਜਾਏਗਾ। ਕੈਮਰਾਮੈਨ ਪਰਮਿੰਦਰ ਦੇ ਨਾਲ ਸਕਰੋਲ ਪੰਜਾਬ ਲਈ ਨਿਤਿਨ ਲੋਥਰਾ, ਗੁਰਦਾਸਪੁਰ, ਬਟਾਲਾ। ਬਿਲਕੁਲ, ਸਰਕਾਰ ਵੱਲੋਂ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਇੱਕ ਲੈਟਰ ਆਇਆ ਹੈਗਾ ਹੈ ਕਿ ਜੇ ਆਪਣੇ ਉਹਨਾਂ ਦੇ ਇਲਾਕੇ 'ਚ ਕੋਈ ਬੰਦਾ DJ ਪਲੇ ਕਰਦਾ ਹੈ ਅਤੇ DJ ਦੇ ਵਿੱਚ ਜਿਹੜੇ ਗੀਤ ਚਲਾਉਂਦੇ ਹੈ ਉਹ ਕਿਸੇ ਵੀ ਤਰੀਕੇ ਨਾਲ ਹਿੰਸਾ ਨੂੰ ਵਧਾਉਣ ਵਾਲੇ, ਵਾਇਲੈਂਸ ਦੇ ਸੰਬੰਧ ਦੇ ਵਿੱਚ
किसी शराब नू प्रमोट करन लई या नशे नू प्रमोट करन लई या होर भी कोई जिहड़ी समाज दे जिहड़े अमन शांति दे खिलाफ किसी भी तरीके का कोई गीत चलाउंदे आ ते उहदे ते मुकम्मल जिहड़ी पाबंदी हैगी है ते जो भी इदां दा गीत चलाउंदे आ उहनां दे खिलाफ बणदी कानूनी कारवाई कीती जाऊगी। बिल्कुल पब्लिक अवेयरनेस कैंपेन्स जिहड़े पुलिस वल्लों चलाए गए ने मीडिया के थ्रू भी लोगों नूं इह सुनेहा जिहा पहुँचाया जा रहा है। नाले मैं पूरी पब्लिक नूं अपील करदा कि इदां दे गीत या इदां दी चीज़ां नूं प्रमोट करन तों आपां गुरेज करिए ते इदां दा कोई गीत जे किते प्ले हो रहा हैगा या इदां दी कोई इनफॉर्मेशन हैगी है काइंडली साडे नाल शेयर करन उहदे ते मुकम्मल कार्रवाई की जाऊगी।